ਚਲੋ ਅੱਜ ਬਣਾਈਏ ਧੂਏ ਦੀ ਰਿੰਗਾਂ। ਧੂਏ ਦੀ ਰਿੰਗਾਂ ਵਿਗਿਆਨਿਕ ਤੌਰ ਨਾਲ ਸੰਬੰਧ ਕਰਨ ਲਈ ਅਸੀਂ ਬੇਸਿਨ ਪਾਣੀ ਦੇ ਅੰਦਰ ਤਿਆਰ ਹੋਇਆ ਵੋਰਟੈਕਸ ਤੇ ਬੋਟਲ ਟੋਰਨੈਡੋ ਨੂੰ ਧਿਆਨ ਵਿੱਚ ਰੱਖ ਕੇ ਇਹਦੀਆਂ ਸੰਕਲਪਨਾ ਨੂੰ ਸਮਝ ਸਕਦੇ ਹਾਂ। ਇੱਥੇ ਆਪਾਂ ਧੂਆਂ ਦੀਆਂ ਰਿੰਗਾਂ ਬਣਾ ਕੇ ਵੇਖੀਏ। ਇਸ ਲਈ ਚਾਹੀਦਾ ਹੋਏਗਾ ਪੁਰਾਣਾ ਫੁੱਟਬਾਲ, ਕੈਂਚੀ, ਡਸਟਬਿਨ, ਧਾਗਾ, ਛੋਟਾ ਗੇਂਦ, ਕਟਰ, ਅਗਰਬੱਤੀ ਅਤੇ ਮਾਚਿਸ ਦੀ ਤੀਲੀਆਂ। ਬੜੇ ਹੀ ਧਿਆਨ ਨਾਲ ਆਪਾਂ ਪੁਰਾਣੇ ਫੁੱਟਬਾਲ ਨੂੰ ਕੱਟ ਕੇ ਅੰਦਰ ਦੀ ਟਿਊਬ ਨਿਕਾਲ ਲਈਏ। ਇਸ ਨੂੰ ਖਿੱਚ ਕੇ ਆਪਾਂ ਵਿਚਕਾਰ ਛੋਟਾ ਗੇਂਦ ਨੂੰ ਕੱਸ ਕੇ ਧਾਗੇ ਨਾਲ ਬੰਨ੍ਹ ਲਈਏ। ਹੁਣ ਡਸਟਬਿਨ ਅਤੇ ਥੱਲੇ ਹਿੱਸੇ ਨੂੰ ਕੱਟ ਲਈਏ। ਖੁੱਲ੍ਹੇ ਹਿੱਸੇ 'ਤੇ ਪਿੱਛੇ ਤਿਆਰ ਕੀਤਾ ਹੋਇਆ ਰਬਰ ਨੂੰ ਖਿੱਚ ਕੇ ਲਗਾ ਲਈਏ। ਇਸ ਨੂੰ ਚੰਗਾ ਪੱਕਾ ਕਰਨ ਲਈ ਇਸ ਨੂੰ ਸੈਲੋ ਟੇਪ ਨਾਲ ਹੋਰ ਕੱਸ ਕੇ ਬੰਨ੍ਹ ਲਓ। ਤੁਹਾਡਾ ਤੋਪ ਹੁਣ ਤਿਆਰ ਹੈ, ਜਿਸ ਵਿੱਚ ਹੁਣ ਆਪਾਂ ਅਗਰਬੱਤੀ ਦੀਆਂ ਧੂਆਂ ਨਾਲ ਭਰ ਲਵਾਂਗੇ। ਅਗਰਬੱਤੀ ਅਤੇ ਧੂਆਂ ਨਾਲ ਧੂਆਂ ਦੀ ਰਿੰਗਾਂ ਤਿਆਰ ਕਰਨਾ, ਬਸ ਹਲਕੇ ਜਿਹੇ ਹੱਥ ਨਾਲ ਪਿੱਛੋਂ ਦੀ ਰਬਰ ਨੂੰ ਟੈਪ ਕਰਕੇ ਆਪਾਂ ਧੂਏ ਦੀ ਰਿੰਗਾਂ ਦਾ ਮਜ਼ਾ ਲੈ ਸਕਦੇ ਹਾਂ। ਇਸ ਨੂੰ ਹੋਰ ਅੱਛੀ ਤਰ੍ਹਾਂ ਸਮਝਾਉਣ ਲਈ ਇਹਦੇ ਨਾਲ ਜਿਹੜੀ ਡਾਇਗ੍ਰਾਮ ਦਿਖਾਈ ਗਈ ਹੈ ਉਹਨੂੰ ਵੇਖੋ। ਇਸ ਡਾਇਗ੍ਰਾਮ ਦੇ ਅਨੁਸਾਰ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਅੰਦਰ ਕੋਈ ਹਵਾ ਜਾਂ ਧੂਆ ਭਰਿਆ ਗਿਆ ਹੈ, ਅੰਦਰ ਡਸਟਬਿਨ ਦੇ ਅੰਦਰ ਪਹਿਲੀ ਜਿਹੜੀ ਹਵਾ ਹੈ ਉਹਦੇ ਨਾਲੋਂ ਜ਼ਿਆਦਾ ਇਹਦੇ ਅੰਦਰ ਡੈਂਸਿਟੀ ਵੱਧ ਗਈ ਹੈ। ਪਰ ਜਦੋਂ ਤੁਸੀਂ ਉਹਨੂੰ ਟੈਪ ਕਰਦੇ ਹੋ ਪਿੱਛੋਂ, ਇਹਦੀ ਤੁਸੀਂ ਰਫਤਾਰ ਵਧਾ ਰਹੇ ਹੋ। ਰਫਤਾਰ ਵਧਾਉਣ ਨਾਲ ਆਸ ਪਾਸ ਦੀ ਹਵਾ ਨਾਲੋਂ ਤੇਜ਼ ਰਫਤਾਰ ਨਾਲ ਜਿਹੜੀ ਧੂਆਂ ਬਾਹਰ ਨਿਕਲਦੀ ਹੈ ਉਹ ਰਿੰਗ ਦੇ ਹਿਸਾਬ ਨਾਲ ਨਿਕਲਦੀ ਪਈ ਹੈ। ਇਸ ਤਰ੍ਹਾਂ ਤੁਸੀਂ ਆਪਣੀ ਕਲਾਸ ਵਿੱਚ ਹੀ ਸਮਝਾ ਸਕਦੇ ਹੋ ਕਿ ਆਪਾਂ ਰਿੰਗਸ, ਸਮੋਕ ਰਿੰਗਸ ਕਿਸ ਤਰ੍ਹਾਂ ਬਣਾ ਸਕਦੇ ਹਾਂ ਅਤੇ ਉਹਦੇ ਪਿੱਛੇ ਸਾਇੰਸ ਕੀ ਹੈਗਾ।